मैं थोड़ा अपना गुरप्रीत सिख हूँ। साझा पंजाब की टीम अज पहुंची है बीजेपी के जिहड़े प्रधान ने विजय सांपला होरां नाल गलबात करन लई, जो कि यूनियन मिनिस्टर भी ने, मिनिस्टर ऑफ स्टेट ऑफ सोशल जस्टिस एंड एम्पावरमेंट ने इंडिया दे विच। ते सत श्री अकाल जी विजय सांपला साहब, साढ़े प्रोग्राम दे विच जी आया नूं। सांपला साहब, जिस तरह के गलबात का सिलसिला आपां शुरू करिए कि तुसीं एक बहुत गरीब परिवार तो उठ के ते सियासत दे विच आए ते एक इस मुकाम ते पहुंचे कि दुनिया दे विच एक नवा मुकाम ते नाम हासिल कीता, की कहोगे इस बारे? इधर रब का शुक्र करांगे जी के उसने सानू इस मुकाम ते पहुंचाया जी। और जे असी पिछोकड़ नूं देखिए तो शायद मैं जी, असी पिछोकड़ बारी जानना चाहांगे कि गलबात कित्थों शुरू हुई। मैं ये सोच भी नहीं सकदा जी मैं इस मुकाम ते पहुंच सकदा जी, तो मैं बड़े गरीब परिवार चो रहा और 11 साल मैं सऊदी अरब च लेबर कीती है जी। कदों तुसीं सऊदी अरब गए? मैं 79 दे विच गया सी जी। और जदों असी दिल्ली च जदों बाकी आम बैग चक के इंटरव्यू देने जाते थे, मैं भी जाता ही, तो बस जो कि राष्ट्रपति भवन के उतो लंघती सी सामने। अच्छा जी। तो दूर देख के खुश हो जाइदा सी। कदे मन च आना, कदे मन च इस वेल तक भी नहीं कि अंदर भी जाने का मौका मिलेगा जी। और दूरों ही देख के राजभवन देख के अस लंघते सी जी। माण प्राप्त होया उस अंदर जाके शब्द लैन का भी जी। पर यह भी एक जिंदगी दे जिहड़े बड़ा एक कोई ज्यादा पढ़िया लिखिया नहीं। 11 साल मैं सऊदी अरब लेबर भी की है और जैसे कही एक हेल्पर दे रूप दे विच मैसन दा हेल्पर, कारपेंटर दा हेल्पर, इलेक्ट्रीशियन, प्लंबर, बारमेंट सारे दिहाड़ी काम के रूप लेबर के रूप काम करने का मौका मिले है। और काम करदे भी कदी नहीं सोचे, पर एक जिंदगी दी कई बार घटना ऐसी घटनी है। ਇਹ ਘਟਨਾ ਕਿਵੇਂ ਵਾਪਰੀ ਕਿ ਤੁਸੀਂ ਸਾਊਦੀ ਅਰਬ ਤੋਂ ਵਾਪਸ ਆਏ? ਉਹ ਪਹਿਲਾਂ ਸਾਊਦੀ ਅਰਬ ਤੋਂ ਵਾਪਸ ਆਉਣ ਤੱਕ ਵੀ ਇੱਥੇ ਤੱਕ ਦਾ ਵੀ ਘਟਨਾ ਸੀ ਜੀ ਕਿ ਮੈਂ ਪਲੰਬਰ ਦੇ ਨਾਲ ਇੱਕ ਹੈਲਪਰ ਦਾ ਕੰਮ ਕਰਦਾ ਸੀ। ਹਾਂਜੀ। ਮਜ਼ਦੂਰ ਸੀ ਅਤੇ ਕਿਉਂਕਿ ਜਦੋਂ ਲੇਬਰ ਕੰਸਟਰਕਸ਼ਨ 'ਚ ਕੰਮ ਕਰਦੀ ਹੈ ਤਾਂ ਇੱਧਰ ਉੱਧਰ ਗੰਦਗੀ ਫੈਲਾ ਹੀ ਦਿੰਦੀ ਹੈ ਜੀ। ਔਰ ਆਪਣਾ ਜਿਹੜਾ ਮਲ ਮੂਤਰ ਵੀ ਉਹ ਕਈ ਵਾਰੀ ਰਾਸਤੇ ਵਿੱਚ ਆਪਾਂ ਉੱਥੇ ਹੀ ਉਹਨੇ ਕੇ ਦਾਇਰੇ 'ਚ ਕਰ ਵੀ ਦਿੰਦੇ ਹਾਂ ਜੀ। ਅਸੀਂ ਜਦੋਂ ਪਲੰਬਰ ਦੇ ਉਹਦੇ ਕੰਮ ਕਰਦੇ ਹਾਂ ਬਾਥਰੂਮ ਦੀ ਫਿਨਿਸ਼ਿੰਗ ਟੱਚ ਦੇਣ ਲਈ ਗਏ ਜੀ, ਉੱਥੇ ਅੰਦਰ ਸਾਰੇ ਬਾਥਰੂਮ ਵਿੱਚ ਕਿਸੇ ਨੇ ਆਪਣਾ ਮਲ ਪਾ ਟੋਇਲਟ ਗਿਆ ਕਰ ਗਿਆ ਸੀ ਜੀ। ਮੇਰਾ ਜਿਹੜਾ ਇਮੀਡੀਏਟ ਬੌਸ ਸੀ ਉਹਨੇ ਬੜਾ ਪਿੰਕੀ ਪਿੰਕੀ ਕੀਤੀ, ਨਾ ਇਹਨੂੰ ਬੰਦ ਕਰੋ, ਅਸੀਂ ਇੱਥੇ ਸਫਾਈ ਕਰਮਚਾਰੀ ਨਹੀਂ। ਮਤਲਬ ਮੇਰੀ ਭਾਸ਼ਾ ਅੱਜ ਉਸ ਤਰ੍ਹਾਂ ਦੀ ਨਹੀਂ ਹੈ ਜੀ, ਪਰ ਉਹਨੇ ਬੜਾ ਪਿੰਕੀ ਪਿੰਕੀ ਕੀਤੀ। ਇਹਨੂੰ ਕਹਿ ਸਕਦੇ ਹਾਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨੇ ਇਹ ਸ਼ੋਅ ਕੀਤਾ ਕਿ ਜਿਹੜਾ ਮੈਂ ਪਲੰਬਰ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ। ਜਿਹੜੇ ਹੈਲਪਰ ਨੇ ਉਹ ਹੈਲਪਰ ਦੀ ਮੇਰੇ ਲਈ ਨਹੀਂ ਜੀ, ਮੈਨੂੰ ਤਾਂ ਉਹਨੇ ਕਿਹਾ ਕਿ ਕੰਮ ਬੰਦ ਕਰ, ਆਪਾਂ ਕੰਮ ਨਹੀਂ ਕਰਾਂਗੇ, ਪਹਿਲਾਂ ਇਹਨਾਂ ਦੀ ਸਫਾਈ ਕਰਾਈ ਜਾਊਗੀ ਫਿਰ ਆਪਾਂ ਕੰਮ ਕਰਾਂਗੇ। ਮੈਨੂੰ ਉਹਨੇ ਹੁਕਮ ਕੀਤਾ ਕੰਮ ਬੰਦ ਕਰ ਦਿਓ, ਆਪਾਂ ਨੂੰ ਵੀ ਚਾਹੀਦਾ ਫਟਾਫਟ। ਮੈਂ ਵੀ ਟੂਲ ਬਾਕਸ ਬੰਦ ਕੀਤਾ ਬੈਠ ਗਿਆ ਜੀ। ਪਰ ਥੋੜ੍ਹੀ ਦੇਰ ਬਾਅਦ ਕਿਉਂਕਿ ਪਾਕਿਸਤਾਨੀ ਸੀ ਜਿਹੜਾ ਮੇਰਾ ਬੌਸ ਸੀ, ਜਿਹੜਾ ਪਲੰਬਰ ਸੀ, ਹਾਂਜੀ ਕੰਪਨੀ ਦੇ ਵਿੱਚ ਮੈਂ ਇਕੱਲਾ ਇੰਡੀਅਨ ਸੀ, ਬਾਅਦ ਦੇ ਵਿੱਚ ਤਾਂ ਬਹੁਤ ਸਾਰੇ ਆਏ ਵੀ। ਪਰ ਫੋਰਮੈਨ ਆਇਆ, ਉਹਨੇ ਵੀ ਪੁੱਛਿਆ ਵੀ ਕਿਉਂ ਕੰਮ ਨਹੀਂ ਕਰ ਰਿਹਾ, ਉਹੀ ਦੱਸਦਾ ਵੀ ਇੱਥੇ ਦੀ ਗੰਦਗੀ ਆ, ਅਸੀਂ ਸਫਾਈ ਨਹੀਂ ਕਰ, ਪਹਿਲਾਂ ਇਹਦੀ ਸਫਾਈ ਕਰਾਓ ਫਿਰ ਕਰੋ। ਜਾਣੀ ਉਹਨੇ ਪੂਰੀ ਹਿੰਕੀ ਫਿੰਕੀ ਕੀਤੀ ਕਿ ਅਸੀਂ ਇੰਨਾ ਚਿਰ ਕੰਮ ਨਹੀਂ ਕਰਨੇ ਜਿੰਨਾ ਚਿਰ, ਔਰ ਅਸੀਂ ਪਲੰਬਰ ਆਏ ਕਿ ਅਸੀਂ ਇਸ ਕੰਮ ਲਈ ਥੋੜ੍ਹਾ ਆਈਏ। ਉਹਨੇ ਜੋ ਹਿੰਕੀ ਫਿੰਕੀ ਕਰਨੀ, ਕਿਉਂਕਿ ਫੋਰਮੈਨ ਜਿਹੜਾ ਸੀ ਉਹ ਵੀ ਸਾਡੇ ਕਲਚਰ 'ਚ, ਇੰਡੀਅਨ ਪਾਕਿਸਤਾਨੀ ਕਲਚਰ 'ਚ ਕੋਈ ਜ਼ਿਆਦਾ ਅੰਤਰ ਵੀ ਨਹੀਂ ਪੰਜਾਬ ਦੇ ਖਾਸ ਕਰਕੇ, ਉਹ ਵੀ ਕਹਿ ਕੇ ਚਲਾ ਗਿਆ ਕਿ ਕੋਈ ਨਹੀਂ ਜੀ ਮੈਂ ਕਰਾਉਣਾ ਇੰਤਜ਼ਾਮ। ਥੋੜ੍ਹੀ ਦੇਰ ਬਾਅਦ ਕੰਪਨੀ ਦਾ ਜਿਹੜਾ ਮਾਲਕ ਸੀ ਸਾਊਦੀ ਅਰਬ, ਹਾਂਜੀ, ਉਹਨੇ ਆਇਆ, ਉਹਨਾਂ ਆਣ ਕੇ ਕਿਹਾ ਕਿ ਵੀ ਤੁਸੀਂ ਕਿਉਂ ਬੈਠੇ ਹੋ? ਹਾਂਜੀ। ਤਾਂ ਮੈਂ ਆਪਣੇ ਬੌਸ ਵੱਲ ਹੱਥ ਕੀਤਾ, ਉਹਨੇ ਆਪਣੀ ਉਹਨੇ ਆਪਣੀ ਉਹੀ ਹੈਂਕੀ ਫੈਂਕੀ ਵਾਲੀ ਜਿਹੜੀ ਟੇਪ ਰਿਕਾਰਡ ਸੀ, ਮੰਨ ਕਹਿ ਸਕਦਾ ਆਪਣੀ ਜਿਹੜੀ ਗੱਲ ਸੀ ਉਹਦੇ ਰੱਖਤੀ, ਅਸੀਂ ਪਹਿਲਾਂ ਸਫਾਈ ਕਰਾਓ, ਅਸੀਂ ਇਸ ਕੰਮ ਸ਼ੁਰੂ ਇਹ ਕਰਾਂਗੇ ਵੋ ਕਰਾਂਗੇ। ਉਹਨੇ ਆਪਣੇ ਆਪ ਨੂੰ ਬਹੁਤ ਵੱਡਾ ਪਲੰਬਰ ਦਾ ਇੱਕ ਰੁਤਬਾ ਜਿਹੜਾ ਬਹੁਤ ਵੱਡਾ ਹੁੰਦਾ, ਸਮਝਿਆ, ਇਸ ਤਰ੍ਹਾਂ ਦਾ ਉਹਨੇ ਪੇਸ਼ ਸ਼ੋਅ ਆਫ ਕੀਤਾ। ਜਿਹੜਾ ਕੰਪਨੀ ਦਾ ਮਾਲਕ ਸੀ ਉਹਨੇ ਮੇਰਾ ਇੱਧਰ ਉੱਧਰ ਦੇਖ ਕੇ ਤਾਂ ਮੈਨੂੰ ਕਿਹਾ ਕਿ ਵੀ ਉਹ ਜਿਹੜਾ ਪਲਾਸਟਿਕ ਦਾ ਲਿਫਾਫਾ ਪਿਆ ਹੈ ਨਾ ਉਹ ਚੱਕ ਕੇ ਲਿਆ ਜੀ। ਮੈਂ ਲੈ, ਮੈਨੂੰ ਕਹਿੰਦਾ ਕਿ ਇਹ ਬਾਲਟੀ ਭਰ ਪਾਣੀ ਦੀ ਭਰ ਕੇ ਲਿਆ, ਮੈਂ ਪਾਣੀ ਦੀ ਭਰ ਲਿਆ। ਉਹਨੇ ਉਹ ਪਲਾਸਟਿਕ ਦਾ ਲਿਫਾਫਾ ਆਪਣੇ ਹੱਥ 'ਤੇ ਚੜਾਇਆ ਔਰ ਮੈਨੂੰ ਕਿਹਾ ਤੂੰ ਪਾਣੀ ਪਾ ਦੇ, ਔਰ ਉਹਨੇ ਸਾਫ਼ ਕਰਤਾ। ਉਹ ਘਟਨਾ ਜਿਹੜੀ ਸੀ ਕਿ ਮੈਂ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰਨ ਵਾਲੀ, ਮੈਂ ਉਹਦੇ ਵੱਲ ਦੇਖ ਕੇ ਸਤੰਭ ਸੀ ਕਿਉਂਕਿ ਮੈਂ ਉਸ ਕੰਪਨੀ ਦਾ ਸਭ ਤੋਂ ਥੱਲੜੇ ਦਰਜੇ ਦਾ
ਜਿਹੜਾ ਮੁਲਾਜ਼ਮ ਸੀ ਪਲੰਬਰ ਤਾਂ ਇੱਕ ਸਟੈਪ ਮੇਰੇ ਤੋਂ ਉੱਪਰ ਹੀ ਸੀ ਉੱਪਰ ਹੀ ਸੀ ਪਰ ਮੈਂ ਹੈਰਾਨ ਸੀ ਕਿ ਅਸੀਂ ਸਵੇਰ ਦੀ ਇੱਕ ਬਹੁਤ ਵੱਡੀ ਸਮੱਸਿਆ ਨੂੰ ਲੈ ਕੇ ਬੈਠੇ ਸੀ ਕਿ ਸ਼ਾਇਦ ਇਸ ਤੋਂ ਬਿਨਾਂ ਕੰਮ ਨਹੀਂ ਹੋਏਗਾ ਜਾਂ ਸਾਡੇ 'ਚ ਪਤਾ ਨਹੀਂ ਹੈਂਕੀ ਪੈਂਕੀ ਆਕੜ ਸੀ ਈਗੋ ਸੀ ਕਿ ਅਸੀਂ ਇਹ ਨਹੀਂ ਕਰਾਂਗੇ ਪਹਿਲਾਂ ਉਹ ਕਰਾਂਗੇ ਔਰ ਉਹ ਕੰਪਨੀ ਦਾ ਮੈਂ ਕੰਪਨੀ ਦਾ ਸਭ ਤੋਂ ਥੱਲੜੇ ਦਰਜੇ ਦਾ ਵਿਅਕਤੀ ਔਰ ਉਹ ਕੰਪਨੀ ਦਾ ਮਾਲਕ ਭਾਵ ਕੰਪਨੀ ਦਾ ਸਭ ਤੋਂ ਉੱਪਰ ਔਰ ਜਿਸ ਆਕੜ ਲਈ ਅਸੀਂ ਸਵੇਰ ਤੇ ਬੈਠੇ ਸੀ ਉਹ ਪਤਾ ਨਹੀਂ ਸਾਡੇ ਲਈ ਬਹੁਤ ਵੱਡੀ ਸਮੱਸਿਆ ਬਣ ਕੇ ਸਾਡਾ ਕੰਮ ਰੋਕ ਕੇ ਬੈਠੀ ਸੀ ਉਹਨੇ ਇੱਕ ਮਿੰਟ ਲਾਇਆ ਹੁਣ ਖਤਮ ਕਰਤਾ ਅਸੀਂ ਸਵੇਰ ਤੋਂ ਬੈਠੇ ਦੁਪਹਿਰ ਹੋ ਗਈ ਸੀ ਉਸੀ ਘਟਨਾ ਨੇ ਤੁਹਾਡੇ ਮਨ 'ਚ ਚੇਂਜਸ ਲਿਆਂਦੀਆਂ ਉਸ ਤੋਂ ਬਾਅਦ ਉਹਦੇ ਨਾਲ ਸਿਰਫ ਇੰਨੀ ਘਟਨਾ ਦੇ ਨਾਲ ਹੀ ਨਹੀਂ ਉਹਦੀ ਜਿਹੜੀ ਵਰਡਿੰਗ ਸੀ ਅੱਛਾ ਜੀ ਕੀ ਵਰਡਿੰਗ ਸੀ ਸਾਊਦੀ ਅਰੇਬੀਅਨ ਦੀ ਕਿਉਂਕਿ ਵਰਡਿੰਗ ਦਾ ਉਸ ਭਾਵਨਾ ਨਾਲ ਹੀ ਮੈਂ ਸਮਝ ਉਸ ਤਰ੍ਹਾਂ ਦੀ ਵਰਡ ਸੀ ਤਾਂ ਉਹਦੀ ਤਨ ਜੀ ਪਰ ਉਹ ਵਰਡਿੰਗ ਤੇਜ਼ ਚੇਂਜ ਕਰਨ ਨੂੰ ਲਿਆਉਣ ਬਹੁਤ ਵੱਡਾ ਸੀ ਉਹਦਾ ਕਹਿਣਾ ਇਹ ਸੀ ਕਿ ਵਿਜੇ ਤੁਹਾਡੇ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਪਰਮਾਤਮਾ ਦੀ ਪ੍ਰਕਿਰਤੀ ਦਾ ਦਿੱਤਾ ਹੈ ਸਾਰਾ ਕੁਛ ਹੈ ਪਰਮਾਤਮਾ ਨੇ ਦੇਣ ਲੱਗਿਆਂ ਦੋਨੋਂ ਮੁਲਕਾਂ ਕੋਈ ਕਸਰ ਨਹੀਂ ਛੱਡੀ ਪਰ ਤੁਸੀਂ ਇਸ ਈਗੋ ਦੇ ਕਾਰਨ ਸਾਡੇ ਕੋਲ ਮਜ਼ਦੂਰ ਹੈ ਔਰ ਪਰਮਾਤਮਾ ਨੇ ਸਾਨੂੰ ਦੇਣ ਲੱਗਿਆਂ ਬੜਾ ਕੁਛ ਜਿਹੜੀ ਪਰ ਫਰਕ ਇੰਨਾ ਹੈ ਕਿ ਤੁਸੀਂ ਈਗੋ ਕਰਕੇ ਅੱਜ ਮਜ਼ਦੂਰ ਹਾਂ ਔਰ ਮੇਰੇ ਕੋਲ ਈਗੋ ਨਹੀਂ ਹੈ ਮਾਲਕ ਤੇ ਮੈਂ ਮਾਲਕ ਹਾਂ ਇਹ ਇੱਕ ਬਹੁਤ ਵੱਡੀ ਜਿਹੜੀ ਸੀਗੀ ਬਸ ਉਹ ਤੁਹਾਡੇ ਮਨ ਦੇ ਵਿੱਚ ਚੇਂਜਸ ਆਈਆਂ ਔਰ ਕਿਉਂਕਿ ਉਸ ਵੇਲੇ ਸਤੰਭ ਜ਼ਰੂਰ ਖੜਾ ਰਿਹਾ ਕਿ ਬੜਾ ਸੋਚਿਆ ਕਿ ਇੱਡੀ ਬੜੀ ਅਸੀਂ ਔਰ ਆਪਣੇ ਆਪ 'ਚ ਵੀ ਮਨ 'ਚ ਆਇਆ ਔਰ ਫਿਰ ਅਸੀਂ ਉਦਣ ਤੋਂ ਸੋਚ ਲਿਆ ਕਿ ਹੁਣ ਜ਼ਿੰਦਗੀ 'ਚ ਆਪਾਂ ਸਾਰੀ ਉਮਰ ਲਈ ਬਰਬਾਦ ਆਪਣੇ ਆਪਣੇ ਦੇਸ਼ ਦੇ ਵਿੱਚ ਜਾ ਕੇ ਕੁਛ ਕਰਨਾ ਦੇਸ਼ ਦੇ ਇੰਨਾ ਸੀ ਕਿ ਪਹਿਲਾਂ ਉਸ ਵੇਲੇ ਰਾਜਨੀਤੀ ਜਾਂ ਇਸ ਪਾਸੇ ਨਹੀਂ ਸੀ ਪਰ ਇੰਨਾ ਸੀ ਕਿ ਅੱਜ ਮੈਂ ਮਜ਼ਦੂਰ ਹਾਂ ਅਤੇ ਕੱਲ੍ਹ ਨੂੰ ਮੈਂ ਮਜ਼ਦੂਰ ਨਹੀਂ ਰਹਿਣਾ ਜੀ ਔਰ ਜਦੋਂ ਮੈਂ ਕੰਮ ਕਰਦਾ ਹੁੰਦਾ ਸੀ ਤਾਂ ਉਸ ਦਿਨ ਤੋਂ ਬਾਅਦ ਮੈਂ ਕੰਮ ਕਰਦਾ ਉਸੇ ਕੰਪਨੀ 'ਚ ਮੈਂ ਇਲੈਕਟ੍ਰੀਸ਼ੀਅਨ ਵੀ ਬਣਿਆ ਪਲੰਬਰ ਪਹਿਲਾਂ ਪਲੰਬਰ ਬਣਿਆ ਫਿਰ ਪਲੰਬਰ ਦਾ ਕੰਮ ਕਿਉਂਕਿ ਥੋੜ੍ਹਾ ਬਹੁਤਾ ਗੰਦਾ ਵੀ ਹੁੰਦਾ ਕਾਲਾ ਪੀਲਾ ਜ਼ਿਆਦਾ ਹੋ ਜਾਂਦਾ ਫਿਰ ਮੈਂ ਉਸੇ ਕੰਪਨੀ 'ਚ ਮੈਂ ਅਪਗ੍ਰੇਡ ਹੁੰਦੇ ਰਹੇ ਇਲੈਕਟ੍ਰੀਸ਼ੀਅਨ ਵੀ ਬਣਿਆ ਕਿਉਂਕਿ ਕੰਮ ਮੈਂ ਸਾਰਿਆਂ ਨਾਲ ਕੀਤਾ ਸੀ ਇਸ ਕਰਕੇ ਮੈਨੂੰ ਥੋੜ੍ਹਾ ਕੰਮ ਸਿੱਖਣ 'ਚ ਕੋਈ ਪ੍ਰੋਬਲਮ ਨਹੀਂ ਰਹੀ ਔਰ ਉਸੇ ਕੰਪਨੀ 'ਚ ਬਾਅਦ 'ਚ ਮੈਂ ਫੋਰਮੈਨ ਬਣਿਆ ਅੱਛਾ ਜੀ ਔਰ ਅੱਗੇ ਸਮੇਂ ਪਾ ਕੇ ਮੈਂ ਉਸੇ ਕੰਪਨੀ ਉਸੇ ਮਾਲਕ ਦਾ ਪਾਰਟਨਰ ਵੀ ਬਣਿਆ ਅੱਛਾ ਜੀ ਉੱਥੇ ਉਸੇ ਉਸੇ ਸਾਊਦੀ ਅਰਬ ਦੇ ਨਾਲ ਮੈਂ ਆਪਣੀ ਪਾਰਟਨਰਸ਼ਿਪ ਵੀ ਕੀਤੀ ਅੱਛਾ ਜੀ ਔਰ ਉੱਥੋਂ ਬਾਅਦ ਮੈਂ ਜਾਣ ਕੇ ਬਿਜ਼ਨਸ ਇੱਥੇ ਸ਼ੁਰੂ ਕੀਤਾ ਔਰ ਇਹਦੇ 'ਚ ਇੱਕ ਘਟਨਾ ਹੋਰ ਵੀ ਸੀ ਕਿ ਜਦੋਂ ਮੈਂ ਕੰਮ ਇਲੈਕਟ੍ਰੀਸ਼ੀਅਨ ਦਾ ਕਰਦਾ ਮੈਨੂੰ ਪਹੁੰਚਿਆ ਇਲੈਕਟ੍ਰੀਸ਼ੀਅਨ ਤੱਕ ਮੈਨੇ ਇੱਕ ਰੂਟੀਨ ਬਣਾਈ ਸੀ ਕਿ ਮੈਂ ਖਾਣਾ ਖਾਣ ਤੋਂ ਬਾਅਦ ਬਾਕੀ ਸਾਰੇ ਆਰਾਮ ਕਰਦੇ ਸੀ ਮੈਂ ਕੰਮ 'ਤੇ ਲੱਗ ਜਾਂਦਾ ਸੀ ਅੱਛਾ ਜੀ ਔਰ ਨਾਲ ਦੇ ਸਾਥੀ ਕਈ ਵਾਰੀ ਤੰਜ ਵੀ ਕਰਦੇ ਸੀ ਆਰਾਮ ਨਾਲ ਅਸੀਂ ਇੱਕ ਦੂਸਰੇ ਉਹਨੂੰ ਬੜਾ ਚਮਚਾਗਿਰੀ ਕਰਦਾ ਨੰਬਰ ਬਣਾ ਰਹੇ ਹਾਂ ਅਤੇ ਤੈਨੂੰ ਇਹਦੀ ਕੋਈ ਐਕਸਟਰਾ ਪੇਮੈਂਟ ਨਹੀਂ ਸੀ ਮਿਲਣੀ ਇਹ ਬੜਾ ਮੁਸ਼ਕਿਲ ਹੈ ਪਰ ਮੈਂ ਇੱਕੋ ਹੀ ਕਹਿੰਦਾ ਸੀ ਕਿ ਅੱਜ ਮੈਂ ਇਸ ਪੁਜੀਸ਼ਨ 'ਚ ਕੋਈ ਮੰਨ ਲਓ ਯੰਗ ਸਟੇਜ 'ਤੇ ਹਾਂ ਯੁਵਾ ਅਵਸਥਾ 'ਚ ਹਾਂ ਔਰ ਅੱਜ ਮੈਂ ਅੱਜ ਮੇਰੀ ਜਿਹੜੀ ਮੈਂ ਇਹ ਜ਼ਰੂਰ ਹੈ ਕਿ ਮੈਂ ਕੰਮ ਜਿਹੜਾ ਕਰ ਰਿਹਾ ਕਿਸੇ ਲਈ ਕਰ ਰਿਹਾ ਇਹਦੇ ਲਈ ਮੈਨੂੰ ਕੋਈ ਐਕਸਟਰਾ ਪੇਮੈਂਟ ਨਹੀਂ ਮਿਲਣੀ ਪਰ ਇਹਦੇ ਨਾਲ ਮੇਰੀ ਜਿਹੜਾ ਸਟੈਮਿਨਾ ਹੈ ਕੰਮ ਕਰਨ ਦਾ ਉਹਦੇ 'ਚ ਵੱਧ ਜਾਏਗਾ ਔਰ ਜਿੱਦਣ ਭਵਿੱਖ 'ਚ ਮੈਂ ਆਪਣਾ ਕੰਮ ਸ਼ੁਰੂ ਕਰਨਾ ਉਸ ਦਿਨ ਇਹ ਸਟੈਮਿਨਾ ਜਿਹੜਾ ਮੇਰਾ ਮੈਨੂੰ ਅੱਗੇ ਲਿਜਾਏਗਾ ਔਰ ਜੇ ਮੈਂ ਅੱਜ ਆਰਾਮ ਦੀ ਜ਼ਿੰਦਗੀ ਗੁਜ਼ਾਰਨ ਲੱਗ ਪਿਆ ਵਿਲਾਸਤਾ 'ਚ ਪੈ ਗਿਆ ਅਤੇ ਕੱਲ੍ਹ ਨੂੰ ਜਿੱਥੇ ਮੇਰੇ ਇਰਾਦਿਆਂ ਨੂੰ ਵੀ ਜਿਹੜੀ ਕਮਜ਼ੋਰ ਹੋਏ ਕਰੇਗਾ ਅਤੇ ਨਾਲ ਨਾਲ ਇਹ ਆ ਕਿ ਵੀ ਇਹ ਜਿਹੜੀ ਉਹ ਵਿਲਾਸਤਾ ਦੀ ਆਰਾਮ ਪ੍ਰਸਤ ਦੀ ਜ਼ਿੰਦਗੀ ਮੇਰੇ ਅੱਗੇ ਫਿਊਚਰ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨ ਹੋ ਸਕੇ ਸੋ ਅੱਜ ਦੀ ਇਹਦਾ ਫਾਇਦਾ ਕਿਹਨੂੰ ਮਿਲ ਰਿਹਾ ਮੈਨੂੰ ਇਹਦੀ ਚਿੰਤਾ ਨਹੀਂ ਭਵਿੱਖ ਦੇ ਵਿੱਚ ਮੈਨੂੰ ਇਹਦਾ ਫਾਇਦਾ ਮਿਲੇਗਾ ਇਹਦੀ ਮੈਨੂੰ ਚਿੰਤਾ ਸੀ ਔਰ ਇਸੇ ਕਰਕੇ ਮੈਂ ਤਰੱਕੀ ਕਰਦਾ ਕਰਦਾ ਇਹਦਾ ਮਤਲਬ ਤੁਹਾਡੀ ਉਹ ਤਰਕੀਬ ਕੰਮ ਆਈ ਤੁਸੀਂ ਉਦੋਂ ਕਿੰਨੇ ਘੰਟੇ ਕੰਮ ਕਰਦੇ ਸੀ ਅਤੇ ਫਿਊਚਰ ਦੇ ਵਿੱਚ ਜਾ ਕੇ ਵੀ ਉਹਨੇ ਕੰਮ ਘੰਟੇ ਕੰਮ ਕਰ ਹਾਲੇ ਤੱਕ ਕਰ ਰਹੇ ਹਾਲੇ ਤੱਕ ਹਾਂਜੀ ਮੈਂ ਸਟਿਲ ਉਸ ਸਟੈਮਿਨੇ ਨੂੰ ਕਾਇਮ ਰੱਖਿਆ ਉਸ ਸਟੈਮਿਨਾ ਹੀ ਬਣਾਉਣ ਲਈ ਇੱਕ ਤੁਹਾਡੀ ਸਕੀਮ ਸੀ ਹਾਲੇ ਤੱਕ ਸਿਰਫ ਇਹ ਕਹਿ ਸਕਦੇ ਹਾਂ ਕਿ ਵੀ ਭਾਵੇਂ ਕਿਸੇ ਦੇ ਲਈ ਕੰਮ ਕਰਦੇ ਹਾਂ ਜੀ ਪਰ ਉਹ ਫਾਇਦਾ ਕਿਤੇ ਨਾ ਕਿਤੇ ਆਪਣੇ ਆਪ ਆਪਣੇ ਆਪ ਸੋ ਅਸੀਂ ਉਸ ਸਟੈਮਿਨੇ ਨਹੀਂ ਅੱਜ ਵੀ ਸਟਿਲ ਹਾਲੇ ਤੱਕ ਵੀ ਮੈਂ ਰਾਤ ਦੇ 1:30 ਵਜੇ ਤੱਕ ਕੰਮ ਕਰਦਾ ਮਤਲਬ ਰੈਗੂਲਰ ਸਵੇਰੇ 7 ਵਜੇ ਰੈਡੀ ਰਹਿਣਾ ਹੈ ਅੱਛਾ ਜੀ ਇਹ ਰੂਟੀਨ ਬਣ ਚੁੱਕੀ ਉਸ ਤੋਂ ਹਾਲੇ ਤੱਕ ਜੀ ਔਰ ਇਹੀ ਹੈ ਕਿ ਵੀ ਮੈਂ ਇੱਥੇ ਆਇਆ ਬਿਜ਼ਨਸ ਸ਼ੁਰੂ ਕੀਤਾ ਬਿਲਡਿੰਗ ਮਟੀਰੀਅਲ ਦਾ ਉਹਦੇ 'ਚ ਵੀ ਕਾਮਯਾਬ ਹੋਇਆ ਪਿੰਡ ਦਾ ਸਰਪੰਚ ਵੀ ਬਣਿਆ ਜੀ ਠੀਕ ਠਾਕ ਪਿੰਡ ਦੇ ਵਿੱਚ ਪੋਜੀਸ਼ਨ ਰਹੀ ਰਾਜਨੀਤੀ 'ਚ ਵੀ ਆਇਆ ਨਹੀਂ ਜਿਸ ਤਰ੍ਹਾਂ ਤੁਸੀਂ ਸਾਊਦੀ ਅਰਬ ਦੇ ਵਿੱਚ ਤੁਹਾਡਾ ਬਿਜ਼ਨਸ ਬਹੁਤ ਅਸਟੈਬਲਿਸ਼ ਹੋ ਗਿਆ ਸੀਗਾ
ਫੇਰ ਵੀ ਤੁਸੀਂ ਆਉਣ ਦਾ ਸੋਚ ਲਿਆ ਕਿ ਕੀ ਇਹ ਕਿਸਮਤ ਦੀ ਖੇਡ ਇਹ ਵੀ ਕਹਿ ਸਕਦੇ ਆ ਕਿਸਮਤ ਦੀ ਖੇਡ ਵੀ ਕਹਿ ਸਕਦੇ ਪਰ ਇੱਕ ਵਾਰ ਮਨ ਚ ਆਇਆ ਕਿ ਅਗਰ ਜਿੰਨਾ ਕੰਮ ਮੈਂ ਸਾਊਦੀ ਅਰਬ ਚ ਮਿਹਨਤ ਕਰਦਾ ਜੀ ਅਗਰ ਇਹਦੀ ਅੱਧੀ ਵੀ ਮਿਹਨਤ ਮੈਂ ਆਪਣੇ ਮੁਲਕ ਚ ਕਰਾਂ ਜੀ ਤੇ ਮੈਂ ਕਾਫੀ ਕਾਮਯਾਬ ਹੋ ਸਕਦਾ ਔਰ ਉਹੀ ਮੈਨੂੰ ਜਿਹੜੀ ਕਾਮਯਾਬੀ ਇੱਥੇ ਆਣ ਕੇ ਮਿਲੀ ਵੀ ਜੀ ਮੈਂ ਛੋਟੀ ਜਿਹੀ ਦੁਕਾਨ ਪਾਈ ਸੀ ਛੋਟੀ ਦੁਕਾਨ ਤੋਂ ਮੈਂ ਬਹੁਤ ਵੱਡਾ ਬਿਜ਼ਨਸ ਆਪਣੇ ਆਪ 'ਚ ਕਹਿ ਸਕਦੇ ਸਥਾਪਿਤ ਕਰ ਲਿਆ ਮੈਂ ਆਪਣੇ ਆਪ ਨੂੰ ਇਹ ਤਾਂ ਨਹੀਂ ਕਹਿ ਸਕਦਾ ਬਹੁਤ ਵੱਡਾ ਬਿਜ਼ਨਸ ਪਰ ਮੇਰੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮੈਂ ਘੱਟ ਨਹੀਂ ਕਹਿ ਸਕਦਾ ਮੇਰੀਆਂ ਜ਼ਰੂਰਤਾਂ ਜਿੰਨੀਆਂ ਚਾਹੀਦੀਆਂ ਨਹੀਂ ਜਦੋਂ ਜ਼ਿੰਦਗੀ ਦੇ ਵਿੱਚ ਆਪਾਂ ਕੰਪੇਅਰ ਕਰਦੇ ਹਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਛੋਟੀ ਜਿਹੀ ਇੱਕ ਪੋਸਟ ਤੋਂ ਕਿੱਥੇ ਤੱਕ ਪਹੁੰਚਣਾ ਉਹ ਕੰਪੈਰੀਜ਼ਨ ਅਗਰ ਕਰਦੇ ਹਾਂ ਤਾਂ ਬਹੁਤ ਅੱਛਾ ਲੱਗਦਾ ਕਿ ਆਪਾਂ ਕਿਸ ਮੁਕਾਮ ਤੇ ਪਹੁੰਚ ਚੁੱਕੇ ਹਾਂ ਔਰ ਉਸ ਤੋਂ ਬਾਅਦ ਮੈਂ ਇੱਥੇ ਸਰਪੰਚ ਤੋਂ ਬਣਨ ਤੋਂ ਬਾਅਦ ਮੈਂ ਰਾਜਨੀਤੀ 'ਚ ਵੀ ਆਇਆ ਜੀ ਇੱਕ ਆਮ ਕਾਰਿਆਕਰਤਾ ਤੋਂ ਯੂਥ ਦਾ ਕਾਰਿਆਕਰਤਾ ਫਿਰ ਮੰਡਲ ਦਾ ਜਨਰਲ ਸੈਕਟਰੀ ਪ੍ਰਧਾਨ ਬਣਦਾ ਬਣਦਾ ਮੈਂ ਪੰਜਾਬ ਐਸਸੀ ਮੋਰਚੇ ਦਾ ਪ੍ਰਧਾਨ ਬਣਿਆ ਔਰ ਮੈਂ ਇਹਦੇ 'ਚ ਮੈਂ ਹੁਣ ਤੱਕ ਦੀਆਂ ਪੰਜਾਬ ਦੀਆਂ ਸਾਰੀਆਂ ਪੋਸਟਾਂ ਦੇ ਉੱਤੇ ਕੰਮ ਕਰ ਚੁੱਕਾ ਵਾਈਸ ਪ੍ਰੈਜ਼ੀਡੈਂਟ ਛੋਟੇ ਵੀ ਵਰਕਰ ਤੋਂ ਲੈ ਕੇ ਹਾਇਰ ਪੋਸਟ ਪੰਜਾਬ ਦੀ ਪ੍ਰਧਾਨ ਹੀ ਹੈ ਤੇ ਕੇਂਦਰ 'ਚ ਮੈਂ ਮੰਤਰੀ ਵੀ ਹਾਂ ਔਰ ਇੱਥੇ ਪ੍ਰਧਾਨ ਵੀ ਹੈ ਵੀ ਇੱਕ ਮਾਣ ਆ ਮੈਨੂੰ ਸੋ ਇੱਕ ਹੋਰ ਵੀ ਇਹਦੇ 'ਚ ਮਾਣ ਦੀ ਗੱਲ ਹੈ ਕਿ ਮੈਂ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਨਾ ਹੋਣ ਦੇ ਬਾਵਜੂਦ ਵੀ ਪਾਰਟੀ ਦਾ ਪ੍ਰਵਕਤਾ ਵੀ ਰਿਹਾ ਮੰਤਰੀ ਵੀ ਹੈ ਔਰ ਇੰਨਾ ਕਿ ਉਸ ਲਗਨ ਨੇ ਉਸ ਕੰਮ ਨੇ ਮੈਨੂੰ ਜਿਹੜਾ ਹਾਲੇ ਤੱਕ ਬਹੁਤ ਕੁਛ ਸਿਖਾ ਲਿਆ ਜਦੋਂ ਮੈਂ ਪੜ੍ਹਿਆ ਮੰਨ ਲਓ ਜਿੰਨਾ ਵੀ ਪੜ੍ਹਿਆ ਸੀ ਉਸ ਵੇਲੇ ਕੰਪਿਊਟਰ ਨਾਂ ਦੀ ਚੀਜ਼ ਵੀ ਨਹੀਂ ਸੀ ਪਰ ਅੱਜ ਮੈਂ ਕੰਪਿਊਟਰ ਦੀਆਂ ਸਾਰੀਆਂ ਫਾਈਲਾਂ ਨੂੰ ਮੈਂ ਖੁਦ ਆਪ ਓਪਰੇਟ ਕਰਦਾ ਇਹ ਬੰਦਾ ਚਾਹੇ ਉਹ ਫੋਟੋਸ਼ਾਪ ਹੋਵੇ ਜਾਂ ਕਿਸੇ ਤਰ੍ਹਾਂ ਦੀ ਸਾਰਾ ਕੁਛ ਮੈਂ ਆਪ ਕਰਦਾ ਔਰ ਆਪਣਾ ਡਾਟਾ ਵੀ ਮੈਂ ਆਪ ਹੀ ਮੇਨਟੇਨ ਕਰਦਾ ਔਰ ਜਿੰਨਾ ਵੀ ਮੇਨਟੇਨ ਕਰਦਾ ਰਿਹਾ ਹੁਣ ਤਾਂ ਚਲੋ ਮੰਤਰੀ ਔਰ ਪ੍ਰਧਾਨ ਬਣ ਕਰਕੇ ਮੈਂ ਸ਼ਾਇਦ ਉਹਨਾਂ ਟਾਈਮ ਨਹੀਂ ਦੇ ਪਾ ਰਿਹਾ ਪਰ ਪਹਿਲਾਂ ਤੱਕ ਇਲੈਕਸ਼ਨ ਤੋਂ ਪਹਿਲਾਂ ਤੱਕ ਮੈਂ ਸਾਰਾ ਡਾਟਾ ਮੈਂ ਕਿਸੇ ਕੋਲ ਕਲੈਕਟ ਨਹੀਂ ਕੀਤਾ ਮੈਂ ਖੁਦ ਉਹਨੂੰ ਬਣਾਇਆ ਖੁਦ ਮੇਨਟੇਨ ਕੀਤਾ ਔਰ ਕੰਪਿਊਟਰ ਦੀ ਕੋਈ ਵੀ ਚਾਹੇ ਜਿਹੜਾ ਮਰਜ਼ੀ ਮੰਨ ਲਓ ਕੁਆਲੀਫਾਈਡ ਸੋਫਟਵੇਅਰ ਹੋਵੇ ਕੋਈ ਸੋਫਟਵੇਅਰ ਕਿਸੇ ਤਰ੍ਹਾਂ ਦਾ ਨੌਲੇਜ ਮੈਂ ਨਾ ਹੋਣ ਦੇ ਬਾਕੀ ਪੜ੍ਹਨ ਮੰਨ ਲਓ ਇਹ ਕਹਿ ਸਕਦੇ ਕਿ ਪਰਮਾਤਮਾ ਦੀ ਸਾਂਝਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਅੱਜ ਜ਼ਰੂਰ ਕਹਿਣੀ ਚਾਹਾਂਗੇ ਕਿ ਮੈਂ ਬਹੁਤ ਸਾਰੇ ਮਿਨਿਸਟਰਸ ਨੂੰ ਇੰਟਰਵਿਊ ਕੀਤਾ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀਜ਼ ਆ ਵਰਲਡ ਲੈਵਲ ਦੇ ਉਹਨਾਂ ਨੂੰ ਇੰਟਰਵਿਊ ਕੀਤਾ ਅਤੇ ਲੇਕਿਨ ਅੱਜ ਇੱਕ ਖੁਸ਼ੀ ਇਹ ਹੋ ਰਹੀ ਹੈ ਕਿ ਆਪਾਂ ਨੂੰ ਇੱਕ ਕੁਛ ਸਿੱਖਣ ਨੂੰ ਮਿਲੇਗਾ ਇਸ ਇੰਟਰਵਿਊ ਨੂੰ ਸੋਸਾਇਟੀ ਨੂੰ ਸਮਾਜ ਨੂੰ ਕੁਛ ਸਿੱਖਣ ਨੂੰ ਮਿਲੇਗਾ ਕਿ ਪੜ੍ਹਾਈ ਲਿਖਾਈ ਦੇ ਉਨਾ ਮਾਇਨੇ ਨਹੀਂ ਰੱਖਦੀ ਜਿੰਨਾ ਜਨੂੰਨ ਮਾਇਨੇ ਰੱਖਦਾ ਜਿਹੜਾ ਜਨੂੰਨ ਹੈ ਉਹ ਤੁਹਾਨੂੰ ਦੁਨੀਆ ਦੀ ਹਰ ਇੱਕ ਚੀਜ਼ ਸਿਖਾ ਸਕਦਾ ਅਤੇ ਇਸ ਮੁਕਾਮ 'ਤੇ ਪਹੁੰਚਾ ਸਕਦਾ ਜਿੱਥੇ ਵਿਜੇ ਸਾਂਪਲਾ ਜੀ ਨੇ ਅਤੇ ਵਿਜੇ ਸਾਂਪਲਾ ਜੀ ਅਚਾਨਕ ਹੀ ਐਡੀ ਵੱਡੀਆਂ ਪੋਸਟਾਂ ਦੀ ਬੁਛਾਰ ਹੋ ਜਾਣੀ ਅਤੇ ਕਿਸ ਤਰ੍ਹਾਂ ਮਹਿਸੂਸ ਹੋਇਆ ਪਰਮਾਤਮਾ ਦੀ ਸਾਰੀ ਕਿਰਪਾ ਔਰ ਇਹਦੇ 'ਚ ਮੈਂ ਕਹਾਂਗਾ ਕਿ ਮੈਨੂੰ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੋ ਗਿਆ ਮੈਂ ਸਰਪੰਚ ਜਦੋਂ ਬਣਿਆ ਤਾਂ ਉਸ ਤੋਂ ਬਾਅਦ ਕਿਉਂਕਿ ਭਰਾਵਾਂ ਤੋਂ ਬਿਨਾਂ ਮੈਂ ਕੁਛ ਨਹੀਂ ਸੀ ਕਰ ਸਕਦਾ ਅੱਛਾ ਜੀ ਉਦੋਂ ਤੱਕ ਤਾਂ ਮੈਂ ਬਿਜ਼ਨਸ ਨੂੰ ਕੰਮ ਕਰਦਾ ਰਿਹਾ ਪਰ ਜਦੋਂ ਹੀ ਮੈਂ ਸਟੇਟ ਦੀ ਰਾਜਨੀਤੀ 'ਚ ਆਉਣ ਲਈ ਮੈਨੂੰ ਮੌਕਾ ਮਿਲਿਆ ਤਾਂ ਮੇਰਾ ਬ੍ਰਦਰ ਜਿਹੜਾ ਜੋਬ ਕਰਦਾ ਸੀ ਬੈਂਕ ਮੈਨੇਜਰ ਸੀ ਜੀ ਉਹਨੇ ਉਸੇ ਦਿਨ ਕਹਿ ਦਿੱਤਾ ਹੁਣ ਤਾਂ ਬਿਜ਼ਨਸ ਨਹੀਂ ਤੂੰ ਕਰ ਸਕਦਾ ਤਾਂ ਉਹਨੇ ਆਪਣੇ ਉੱਥੋਂ ਰਿਜ਼ਾਈਨ ਮਤਲਬ VRS ਮਿਲਟਰੀ ਰਿਟਾਇਰਮੈਂਟ ਲੈ ਕੇ ਬਿਜ਼ਨਸ ਸੰਭਾਲਿਆ ਸਭ ਤੋਂ ਬੜਾ ਇਹ ਕਹਿ ਸਕਦੇ ਆ ਕਿ ਮੈਨੂੰ ਪਰਮਾਤਮਾ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਕਿ ਮੈਨੂੰ ਐਸਾ ਭਰਾ ਐਸਾ ਪਰਿਵਾਰ ਐਸੀ ਪਤਨੀ ਐਸੀ ਮਾਂ ਮਿਲੀ ਹੈ ਜਿਹਨੇ ਮੈਨੂੰ ਪੂਰੀ ਤਰ੍ਹਾਂ ਜਿਹੜਾ ਸਹਿਯੋਗ ਦੇਣ ਦੀ ਦਿੱਤਾ ਹੈ ਔਰ ਹੌਸਲਾ ਵਧਾਇਆ ਨਹੀਂ ਤਾਂ ਜਦੋਂ ਭਰਾਵਾਂ ਦੇ ਵਿੱਚ ਫਾਈਨੈਂਸ਼ਲੀ ਸਮੇਂ ਆਉਂਦਾ ਤੇ ਕਿਤੇ ਨਾ ਕਿਤੇ ਉਹ ਕਹਿੰਦੇ ਕਿ ਕਾਕਾ ਡਿਸਪਿਊਟ ਹੋ ਜਾਂਦਾ ਪਰ ਮੈਂ ਇਹ ਕਹਿ ਸਕਦਾ ਕਿ ਭਰਾ ਨੇ ਮੈਨੂੰ ਕਿਹਾ ਕਿ ਚਿੰਤਾ ਨਹੀਂ ਕਰਨੀ ਨਾ ਮੈਨੂੰ ਕਬੀਲਦਾਰੀ ਦੀ ਅੱਜ ਤੱਕ ਵੀ ਮੈਨੂੰ ਕੋਈ ਕਬੀਲਦਾਰੀ ਦੀ ਚਿੰਤਾ ਨਹੀਂ ਹੈ ਮੇਰਾ ਉਹ ਅੱਜ ਵੀ ਮੇਰਾ ਹਾਲ ਆਪ ਡਰਾਈਵ ਕਰਦਾ ਹੁਣ ਅਸੀਂ ਉਹਨੂੰ ਕਿਹਾ ਕਿ ਡਰਾਈਵਰ ਰੱਖ ਪਰ ਮੈਨੂੰ ਉਹਨੇ ਕਦੀ ਵੀ ਆਪ ਡਰਾਈਵ ਨਹੀਂ ਕਰਨ ਦਿੱਤੀ ਜਦੋਂ ਇਕੱਠੇ ਹੁੰਦੇ ਹੋ ਨਾ ਕਦੀ ਵੀ ਮੈਨੂੰ ਹਾਲੇ ਤਾਂ ਅਸੀਂ ਇਕੱਠੇ ਹੀ ਹਾਂ ਜੀ ਪਰ ਮੈਨੂੰ ਕਦੀ ਨਹੀਂ ਉਹਨੇ ਡਰਾਈਵ ਭਾਵ ਮੇਰੇ ਡਰਾਈਵਰ ਉਹਨੇ ਉਹਦੀ ਪੇਮੈਂਟ ਉਹ ਦਿੰਦਾ ਹੈ ਜੀ ਮੇਰਾ ਘਰ ਦਾ ਖਰਚਾ ਉਹ ਦਿੰਦਾ ਔਰ ਮੈਨੂੰ ਕਹਿੰਦਾ ਅੱਛਾ ਜੋ ਬੇਤਸ ਦੇ ਵਿੱਚ ਹੋਇਆ ਔਰ ਕੱਲਾ ਜਣੀ ਬਿਜ਼ਨਸ ਦੇ ਵਿੱਚ ਮੈਂ ਕਦੀ ਇਹ ਵੀ ਹੁਣ ਮੈਨੂੰ ਨਹੀਂ ਪਤਾ ਕੌਣ ਕੀ ਕਿਸ ਚੀਜ਼ ਦਾ ਕੀ ਰੇਟ ਕੀ ਨਹੀਂ ਠੀਕ ਹੈ ਪਰ ਇਹ ਇੱਕ ਬਹੁਤ ਵੱਡਾ ਆਸ਼ੀਰਵਾਦ ਆ ਜਿਹੜਾ ਪਰਿਵਾਰ ਨੂੰ ਸੰਭਾਲਣਾ ਔਰ ਮੈਂ ਆਪਣੇ ਭਰਾ ਦਾ ਜੇ ਪੂਰੀ ਪਿੱਛੇ ਤੋਂ ਥੱਲੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਦੇ ਦੇਖਾਂ ਤਾਂ ਮੈਨੂੰ ਕਈਆਂ ਨੂੰ ਮੈਂ ਇਸ ਤਰ੍ਹਾਂ ਵੀ ਪ੍ਰਭਾਸ਼ਿਤ ਕੀਤਾ ਕਿ ਵੀ ਬਹੁਤ ਸਾਰੇ ਨੇ ਦੇਖਿਆ ਹੋਣਾ ਕਿਹਾ ਹੋਣਾ ਕਿ ਵੀ
रब नू देखिया कि नहीं देखिया ऐसा भी सवाल आंदा तुहाडे को भी आंदा है पर जो मैं अपने भरा वाल देखदा मैं कह सकदा कि मैं रब नू बहुत नेड़े तो देखिया ही नहीं जानदा और रोज दर्शन करदा ऐसी एक भावना और ये जानी रब का रूप अगर कह लिए तो मैं अपने वड्डे भरा नू उस रब का दर्जा दिना बाकी इस इंटरव्यू तो एक होर सिक्ख्या मिलती है कि रिश्तों को किवें बन के रखना दुनिया के एक नवा माहौल बनया होया जिस दे विच रिश्ते तार तार होंदे जा रहे हैं ये रिश्तों संभालण की विजय सांपला साहब ने जिहड़ी गल दित्ती है तो सीख दित्ती है अपन सिक्ख्या दित्ती है उसते भी सानू चलना चाहिए तुसीं बहुत अच्छी गल कही तुसीं अपने ब्रदर नूं एज़ ए रब देखदे हो तो अगर अपनी फैमिली के विच ही इन्ना ज़्यादा प्यार होवे तो अपन नूं किसे लोड़ दी बाहर दे लोकां दी लोड़ नहीं कहिंदा इह जिंदगी दी है कहानी गल करनी पऊ हर रिश्ते की जे होण रिश्तेदार चंगे तो की लोड़ है किसी फरिश्ते की मेरी अपनी राइटिंग है तो इस तरह दी गल्लां बातां है कि तुसी बहुत भावुक मेरे मन नूं भी कीता है कि जिंदगी दे विच साढ़े आप तो ही गलतियां आ जांदियां असीं माँ बाप नूं उन्हां नहीं समझ पाउंदे साडी फैमिली दे रिश्तियां नूं नहीं समझ पाउंदे तो तुसी जिहड़ा थोड़ा बीजेपी दे विच सफर है बहुत अच्छा रहा लेकिन थोड़ा एक गल पुछनी चाहूँगा बीजेपी दे विच सब तो वधिया लीडर जिहड़े नैशनल लैवल दे ने किस नूं मानदे हो तो उन्हां तों की सिख्या लई तुसी बीजेपी का ऐसा कोई लीडर ही नहीं है जिहदे तों जिन्हां वल अंकुश अंकुश लगा सकदे हो कोई उंगली गल हर एक व्यक्ति को बहुत कुछ सीखना जी अगर तुम पुराना पिछोकड़ असि पंडित दीन दयाल उपाध्याय जी श्यामा प्रसाद मुखर्जी तो शुरू हुई है तो हम अटल बिहारी वाजपेयी जी और अडवाणी जी और आज की डेट के जिन्होंने पूरी दुनिया देश का ना उच्चा किया नरेंद्र मोदी जी ऐसा कोई लीडर ही नहीं जिन्हों को तुम कुछ ना सीखो हर एक व्यक्ति अपने आप से एक संस्था के रूप में जो सुनो समझो तो तुम बहुत कुछ प्रेरणा मिलती है कि कारण है कि यह सिक्ख्या जी आर एस एस के मैंबर रहे ने, वो भी कारण तुम मानते हो जो उतो सीखे आते हैं कुछ सीख्या मैं खुद स्वयं सेवक हाँ जी आर एस एस का अपना परिवार नहीं देखना अपनी लाइफ नहीं देखनी और उन्होंने मोहरे लक्ष्य भी सिक्ख्या दी जाती है देखो कि बहुत पढ़े लिखे हो चाहन तो बहुत वे वे पैसे कमा सकते लर्न पर्सन है पर उन्होंने किसी तरह का आम सादा जीवन और धोती कुर्ता पजामा के फिरते हैं और चप्पल जी पा के फिरते हैं देखने तुम लगोगे शायद कोई हो तो पर उन्होंने अंदर छुपया जो ज्ञान है उसमें अगर देखोगे तो तुम अपने आप लगेगा कि ये शायद तुम्हारी धारणा कुछ हो जिस तरह के तुम्हारे गलबात कर रहे हैं कि अगर समय की गल करिए कैमरे के जो कार्ड्स होंगे ने जो घंटिया बदी थोड़े गलबात की जाए तो भी वह थोड़ी है लेकिन आप कुछ जरूरी गल्लां भी अपने दर्शकों जो क्योंकि माहौल बनया जी इलैक्शन का इलैक्शन जो कैंडीडेट खड़े किए 23 उन्होंने कि पॉजिटिव थोड़ा लगती है कि सीट्स लेके जाओगे देखो ऐसा है कि असी 23 भारतीय जनता पार्टी के कमल के सिंबल से निशान जी उ कह रहे हैं पर असी 117 सीटों के चुनाव लड़ रहे हैं क्योंकि अकाली दल भी लड़ रहा उत्थे भारतीय जनता पार्टी के कार्यकर्ता उन्होंने समर्थन है कई बार गल उठती है कि समर्थन शो नहीं हो रहा कि जिस तरह का कि पोस्टर्स से बोर्ड्स से भी कई जगह फील होंगे कि आपस के अंदरों कुछ रूह अलग अलग ने देखिए जवाब मैं करना पंजाबी जदियां जी पहले राजे महाराजा के वेले भी एक पफा कुटनिया होंदिया जी पफा कुटनिया जी जिन्होंने असं पंजाबी मैं तां समझाने की कोशिश की कि ठेठ पंजाबी हुण बाहर ही रह गई है इत्थे तो घट ही बोलते इत्थे तो किसी फफा कुटनी का मतलब ही नहीं पता होना पर मेरा कहने का मतलब साढ़े रिश्ते जिहड़े आ बहुत गूढ़े बहुत गूढ़े ने बहुत मजबूत ने और ये जे असी कहीए कि गुरु गुरुआं की बाणी की जिहड़ी सांझी वालता की गल करदे आ गठबंधन उस तरह का गठबंधन है और जिथे दो समुदायों का सुमेल मिलता तो अभी यह कह सकते कि दो दिलों का भी मेल है और समाजिक भाईचारिक सांझ का जो प्रतीक है और साझीवालता का जो सा नमूना है अज वो साढ़े को यह नज़र आ रहा है सो ये गठबंधन जरा असि 117 सीटा से लड़ रहे हैं और पूरी तरह भारतीय जनता पार्टी और श्रोमणी अकाली दल पर किसी ना किसी जगह से तुम ये भी देखा होगा कांग्रेस वाले ने अकाली दल ने तो वो तो स्वाभाविक है कि अकाली बीजेपी के भी हो पर इस वे चुनाव से तुम देखोगे असं इकट्ठे तुम देखोगे हर जगह पर हर स्टेज पर असं इकट्ठे हैं जी
ਹੁਣ ਦੇਖਣ ਦਾ ਦੇਖਣ ਔਰ ਦਿਸਣ ਦਾ ਨਜ਼ਰੀਆ ਕੀ ਨਜ਼ਰੀਆ ਕੀ ਆ ਇਹ ਅਲੱਗ ਅਲੱਗ ਬੰਦਿਆਂ ਦੇ ਉੱਤੇ ਹੈਗਾ ਜੀ ਸੋ ਜੇ ਉਹਦੇ ਚ ਕਿਤੇ ਨਾ ਕਿਤੇ ਜੇ ਅਸੀਂ ਕਹੀਏ ਤੁਸੀਂ ਗੁੱਸਾ ਵੀ ਨਾ ਕਰੋ ਤੇ ਮੀਡੀਆ ਦਾ ਨਜ਼ਰੀਆ ਠੀਕ ਹੋ ਜਾਏ ਤਾਂ ਸਾਡਾ ਰਿਸ਼ਤੇ ਵੀ ਕਿਤੇ ਦਰਾਂ ਨਹੀਂ ਅੱਛਾ ਰਿਸ਼ਤੇ ਹੋਰ ਅੱਛੇ ਹੋ ਜਾਏ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਸੀ ਐਮ ਸਾਹਿਬ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਆਪਣੇ ਰਿਲੇਸ਼ਨ ਦੇ ਵਿੱਚ ਅਤੇ ਉਹਨਾਂ ਦੀ ਕੋਈ ਖਾਸੀਅਤ ਜ਼ਰੂਰ ਅਸੀਂ ਪੁੱਛਣਾ ਚਾਹੋਗੇ ਦੇਖੀਏ ਜਿਸ ਤਰ੍ਹਾਂ ਦਾ ਸਿਆਸਤਦਾਨ ਦਰਵੇਸ਼ ਸਿਆਸਤਦਾਨ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਅਕਤੀਤਵ ਹੈ ਜੀ ਇਸ ਕੱਦ ਦਾ ਵਿਅਕਤੀ ਹਾਲੇ ਤੱਕ ਪੰਜਾਬ 'ਚ ਕੀ ਹਿੰਦੁਸਤਾਨ 'ਚ ਵੀ ਦੇਖਣ ਨੂੰ ਬਹੁਤ ਘੱਟ ਮਿਲਦੇ ਨੇ ਜੀ ਔਰ ਉਹਨਾਂ ਦੀ ਖਾਸੀਅਤ ਹੈ ਕਿ ਉਹਨਾਂ ਨੂੰ ਪੰਕਚੁਅਲਿਟੀ ਤੁਸੀਂ ਆਮ ਦੇਖ ਪੰਕਚੁਅਲਿਟੀ ਯਾਦਾਸ਼ਤ ਯਾਦਾਸ਼ਤ ਵੀ ਆ ਸਭ ਤੋਂ ਵੱਡਾ ਕਮਿਟਮੈਂਟ ਹੈ ਜੀ ਅਗਰ ਉਹਨਾਂ ਨੇ ਤੁਹਾਨੂੰ ਕੁਛ ਗੱਲ ਕਹੀ ਹੈ ਤਾਂ ਉਹਨੂੰ ਪੂਰਾ ਕੰਮ ਦੇ ਲਈ ਉਹ ਵਚਨਬੱਧ ਹੈ ਅਸੀਂ ਕਿਤੇ ਨਹੀਂ ਕਿ ਆਪਾਂ ਮਨ 'ਚ ਸੋਚਦੇ ਹਾਂ ਕਿ ਪੋਲੀਟੀਸ਼ੀਅਨ ਅਸੀਂ ਲਾਰੇਬਾਜ਼ ਦੇ ਲੱਗੀਏ ਔਰ ਦੂਸਰੀ ਉਹਨਾਂ ਦੇ ਵਿੱਚ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਪੋਲੀਟੀਕਲ 'ਚ ਇੰਨੀ ਕਿ ਟੈਨਸ਼ਨ ਪੇ ਹੋਣ ਦੇ ਬਾਵਜੂਦ ਵੀ ਕਦੀ ਵੀ ਤੁਸੀਂ ਉਹਨਾਂ ਦੇ ਮੱਥੇ ਦੇ ਉੱਤੇ ਚਿਹਰੇ ਦੇ ਉੱਤੇ ਗੁੱਸੇ ਦਾ ਗੁੱਸਾ ਨਹੀਂ ਆ ਇਹ ਇੱਕ ਸਿਆਸਤਦਾਨ ਦੀ ਬਹੁਤ ਵੱਡੀ ਔਰ ਇਹਨਾਂ ਕੋਲੋਂ ਸਿੱਖਣ ਦਾ ਬਹੁਤ ਕੁਛ ਸਾਨੂੰ ਮੌਕਾ ਹੈ ਔਰ ਇਸ ਕੱਦ ਦਾ ਵਿਅਕਤੀ ਜਿਹੜਾ ਮੈਂ ਹਾਲੇ ਤੱਕ ਬਹੁਤ ਸਾਰਿਆਂ ਨੂੰ ਵਿਅਕਤੀਆਂ ਨੂੰ ਮਿਲਦੇ ਹਾਂ ਸਭ ਕੁਛ ਕਰਦੇ ਹਾਂ ਔਰ ਉਸ ਦੇ ਅੱਗੇ ਸਾਨੂੰ ਅਸੀਂ ਇਹ ਕਹਿ ਸਕੀਏ ਕਿ ਸ਼ੀਸ਼ 'ਚ ਪਾਉਣ ਨੂੰ ਵੀ ਦਿਲ ਕਰਦਾ ਕਈ ਵਾਰੀ ਮਨ 'ਚ ਆਉਂਦਾ ਹੈ ਕਿ ਬਹੁਤ ਹੀ ਅੱਛਾ ਸੁਭਾਅ ਵੀ ਹੈ ਔਰ ਰਾਜਨੀਤੀ ਦੇ ਫੈਸਲੇ ਲੈਣੇ ਇਹ ਆਪਣੇ ਆਪ 'ਚ ਉਹਨਾਂ ਦੇ ਬੜੇ ਵੱਡੇ ਜਿਸ ਤਰ੍ਹਾਂ ਕਿ ਤੁਹਾਡੇ ਹੀ ਇੱਕ ਲੀਡਰ ਬੀਜੇਪੀ ਦੇ ਜਿਹੜੇ ਨਵਜੋਤ ਸਿੱਧੂ ਪਾਰਟੀ ਚੇਂਜ ਕੀਤੀ ਹੈ ਕਾਂਗਰਸ 'ਚ ਆ ਕੇ ਕਦੇ ਆਪ 'ਚ ਆਉਣ ਦੀ ਚਰਚਾ ਸੀ ਉਹਨਾਂ ਨੂੰ ਐਜ਼ ਏ ਲੀਡਰ ਕੀ ਸੋਚਦੇ ਸੀ ਬਸ ਇਹਨੂੰ ਜਿਹੜਾ ਉਲਟਾ ਕਰ ਲਓ ਜੀ ਅਸੀਂ ਕਿਹਾ ਉਹਨਾਂ ਦੇ ਚਿਹਰੇ 'ਤੇ ਕਦੇ ਗੁੱਸਾ ਨਹੀਂ ਦੇਖਿਆ ਇਹਨੂੰ ਉਲਟਾ ਕਰਕੇ ਦੇਖ ਲਓ ਜੀ ਅਸੀਂ ਕਿਹਾ ਉਹ ਦਰਵੇਸ਼ ਆ ਇਹਨੂੰ ਵੀ ਥੋੜ੍ਹਾ ਉਲਟਾ ਜਿੰਨੀਆਂ ਮੈਂ ਗੱਲਾਂ ਉਹਨਾਂ ਨੇ ਸਿਫਤਾਂ ਦੱਸੀਆਂ ਉਹਨਾਂ ਸਾਰੀਆਂ ਨੂੰ ਉਲਟਾ ਕਰਕੇ ਦੇਖ ਲਓ ਇਹਦਾ ਕੀ ਕਾਰਨ ਹੁੰਦਾ ਜਿਹੜੇ ਦਲ ਬਦਲਦੇ ਨੇ ਰੋਜ਼ ਰੋਜ਼ ਕੀ ਇਹ ਇੰਨਾ ਕੁਛ ਦੇਣ ਦੇ ਬਾਵਜੂਦ ਦਲ ਬਦਲਣਾ ਵੀ ਕਈਆਂ ਦੀ ਕਿਸੇ ਤਰ੍ਹਾਂ ਦੀ ਹਰੇਕ ਦੀ ਅਲੱਗ ਤਰ੍ਹਾਂ ਦੀ ਮਜਬੂਰੀ ਹੋ ਸਕਦੀ ਜੀ ਪਰ ਕਿਤੇ ਇਹ ਕੋਈ ਏਮ ਵੀ ਨਹੀਂ ਜ਼ਿੰਦਗੀ ਦਾ ਜੀ ਵੀ ਰੋਜ਼ ਹੀ ਚੇਂਜ ਹੋ ਗਈ ਕਿਸੇ ਜ਼ਿੰਦਗੀ ਦਾ ਏਮ ਵੀ ਕੋਈ ਨਹੀਂ ਰਿਹਾ ਕੱਲ ਤੱਕ ਤੁਸੀਂ ਮਾਂ ਕਹਿੰਦੇ ਸੀ ਪਾਰਟੀ ਮਾਂ ਸੀ ਅੱਜ ਉਹਨੂੰ ਤੁਸੀਂ ਕਹੀ ਕਹਿ ਦਿੱਤਾ ਕੱਲ ਤੱਕ ਜਿਹਨੂੰ ਤੁਸੀਂ ਮੁੰਨੀ ਬਦਨਾਮ ਹੋਈ ਕਹੀ ਸੀ ਅੱਜ ਉਹ ਮਾਂ ਬਣ ਗਈ ਕੱਲ ਤੱਕ ਤੁਸੀਂ ਕਿਸੇ ਹੋਰ ਨੂੰ ਪੇ ਕਹਿ ਰਹੇ ਸੀ ਮੇਰਾ ਬਾਪ ਆ ਅੱਜ ਤੁਸੀਂ ਹੋਰ ਕਿਸੇ ਨੂੰ ਕਹਿਣ ਲੱਗ ਪਏ ਬਾਪ ਆ ਇਹ ਗੱਲਾਂ ਜਦੋਂ ਤੁਸੀਂ ਕਰਦੇ ਹੋ ਤੇ ਲੋਕ ਤੁਹਾਡੇ ਤੋਂ ਐਸੇ ਵਿਅਕਤੀ ਤੇ ਲੋਕ ਹਾਸੋ ਆਣੀ ਤੋਂ ਇਲਾਵਾ ਕੋਈ ਯਕੀਨ ਵਾਲੀ ਗੱਲ ਹੋਏਗੀ ਤਾਂ ਐਸਾ ਨਹੀਂ ਹੈ ਸੋ ਮੈਂ ਇਹ ਕਹਾਂਗਾ ਕਿ ਤੁਸੀਂ ਬਾਦਲ ਸਾਹਿਬ ਤੋਂ ਬਾਅਦ ਉਹਦਾ ਸਵਾਲ ਪੁੱਛਿਆ ਜਿੰਨੀਆਂ ਮੈਂ ਸਿਫਤਾਂ ਕੀਤੀਆਂ ਉਹਨਾਂ ਉਹਨੂੰ ਉਲਟ ਕਰ ਲਈਏ ਤੇ ਉਹਦਾ ਸੁਮੇਲ ਤੁਸੀਂ ਸਾਂਝਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਇੱਕ ਹੋਰ ਕੰਮ ਲਾਤਾ ਕਿ ਬਾਦਲ ਸਾਹਿਬ ਦੀ ਜਿਹੜੀਆਂ ਖਾਸੀਅਤ ਹੈ ਅਗਰ ਨਵਜੋਤ ਸਿੱਧੂ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰ ਉਲਟ ਕਰਕੇ ਦਿਮਾਗ ਦੇ ਨਾਲ ਸੋਚਣਾ ਤੇ ਵਿਚਾਰ ਕਰਨਾ ਉਸ 'ਤੇ ਤੇ ਜਿਸ ਤਰ੍ਹਾਂ ਕਿ ਤੁਸੀਂ ਗੱਲਬਾਤ ਚੱਲ ਰਹੀ ਸੀ ਬੀਜੇਪੀ ਦੀ ਕੀ ਤੁਸੀਂ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਬਣਦੀ ਹੈ ਤੇ ਡਿਪਟੀ ਸੀ ਐਮ ਦੇਖਦੇ ਹੋ ਬੀਜੇਪੀ ਦਾ ਦੇਖੋ ਸਾਡੇ ਮੂਹਰੇ ਇਲੈਕਸ਼ਨ ਹੈ ਮੰਤਰੀ ਜਾਂ ਸੀਐਮ ਦਾ ਵੀ ਕਦੇ ਮੈਂ ਜਿਹੜੀ ਗੱਲ ਡਿਪਟੀ ਸੀਐਮ ਸੀਐਮ ਮੰਤਰੀ ਇਹ ਸਾਡੇ ਮੂਹਰੇ ਲਕਸ਼ ਨਹੀਂ ਹੈ ਜੀ ਪੰਜਾਬ ਨੂੰ ਸੰਭਾਲਣਾ ਸੇਧ ਦੇਣੀ ਹੈ ਇਹ ਲਕਸ਼ ਹੈ ਜੀ ਕਿਸੇ ਗਲਤ ਵਿਅਕਤੀ ਦੇ ਹੱਥ ਸਰਕਾਰ ਨਾ ਆ ਜਾਏ ਇਸ ਤੋਂ ਬਚਾਉਣਾ ਸਾਡਾ ਲਕਸ਼ ਹੈ ਔਰ ਜਦੋਂ ਅਸੀਂ ਪੰਜਾਬ ਨੂੰ ਵਿਕਾਸ ਤੁਸੀਂ ਦੇਖ ਰਹੇ ਹੋ ਜੇ ਤੁਸੀਂ 5 ਸਾਲ ਪਹਿਲਾਂ ਆਏ ਹੋਵੋਗੇ 10 ਸਾਲ ਪਹਿਲਾਂ ਹੋਵੋਗੇ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਮਿਲਦੀਆਂ ਕੋਈ ਸੜਕ ਤੁਹਾਨੂੰ ਟੁੱਟੀ ਨਹੀਂ ਮਿਲੇਗੀ ਕੋਈ ਤੁਹਾਨੂੰ ਜਿਹੜਾ ਪੁਲਾਂ ਦਾ ਨਿਰਮਾਣ ਤੁਸੀਂ ਦੇਖ ਕੇ ਹੈਰਾਨ ਹੋਗੇ ਸੋ ਹਰ ਚੀਜ਼ ਤੁਹਾਡੇ ਛੋਟਾ ਜਿਹਾ ਸੂਬਾ ਹੈ ਪੰਜਾਬ 6 ਏਅਰਪੋਰਟ ਬਣ ਗਏ ਨਾਲ ਸੂਬਾ ਸਾਡੇ ਕੋਲ ਹਰਿਆਣਾ ਹੈ ਪੂਰੇ ਸੂਬੇ 'ਚ 1 ਵੀ ਏਅਰਪੋਰਟ ਔਰ ਸਾਡੇ ਕੋਲ ਜਾਣੀ ਇੱਥੋਂ ਮੋਹਾਲੀ ਤੋਂ ਸ਼ੁਰੂ ਅਤੇ ਲੁਧਿਆਣਾ ਲੁਧਿਆਣਾ ਤੋਂ ਤੁਰੀਏ ਬਠਿੰਡਾ ਆਦਮਪੁਰ ਆਦਮਪੁਰ ਦੀ ਨਵਾਂ ਸੀ ਰੱਖਤਾ ਭੂਮੀ ਪੂਜਨ ਹੋ ਗਿਆ ਸੋ ਪਠਾਨਕੋਟ ਹੈ ਆਦਮਪੁਰ ਹੈ ਇਹ ਸਾਰੀਆਂ ਜਿਹੜੇ ਏਅਰਪੋਰਟ ਦਾ ਨਿਰਮਾਣ ਅਸੀਂ ਕਰ ਦਿੱਤਾ ਔਰ ਜਦ ਜਿਹੜੀਆਂ ਉਹਨਾਂ ਤੋਂ ਫਲਾਈਟਾਂ ਵੀ ਸ਼ੁਰੂ ਹੋਣਗੀਆਂ ਨਿਰਮਾਣ ਹੋ ਜਾਏ ਸ਼ੁਰੂ ਹੋਏਗਾ ਤਾਂ ਕੰਮ ਤਾਂ ਇਹੀ ਹੋਏਗਾ ਸੋ ਮੇਰਾ ਕਹਿਣ ਦਾ ਮਤਲਬ ਅਗਰ ਤੁਸੀਂ ਵਿਕਾਸ ਦੇ ਪੱਖੋਂ ਦੇਖੋ ਤੇ ਪੰਜਾਬ ਬਹੁਤ ਅਗਰਣੀ ਸਥਿਤੀ 'ਚ ਖੜਾ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਵਿਕਾਸ ਹੀ ਮੁੱਦਾ ਹੈ ਬੀਜੇਪੀ ਤੇ ਅਕਾਲੀ ਦਲ ਦਾ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਵਿਕਾਸ ਨੂੰ ਕੋਈ ਵੱਡਾ ਜਿਹੜਾ ਵਿਕਾਸ ਦਾ ਕੰਮ ਤੁਸੀਂ ਆਪਣੇ ਪੰਜਾਬ ਸੂਬੇ ਦੇ ਵਿੱਚ ਕਰਨਾ ਚਾਹੁੰਦੇ ਹੋ ਕੀ ਹੈ ਜਿਹੜਾ ਰਹਿੰਦਾ ਹੈ ਹਜੇ ਆਉਣ ਵਾਲੇ ਸਮੇਂ ਕਿਸੇ ਵੀ ਸੂਬੇ ਨੂੰ ਵਿਕਸਿਤ ਕਰਨ ਦੇ ਜੀ ਪਹਿਲਾਂ ਉਹਦੇ ਸਾਰਿਆਂ ਨੂੰ ਸ਼ਾਮਿਲ ਕਰਨਾ ਹੋਵੇ ਜੇ ਸਾਰਿਆਂ ਨੂੰ ਸਮੁੱਚੇ ਤੌਰ 'ਤੇ ਚੌਮੁਖੀ ਵਿਕਾਸ ਕਰਨਾ ਹੋਵੇ ਤਾਂ ਤੁਹਾਡੇ ਕੋਲ 3 ਚੀਜ਼ਾਂ
ਰੇਲ ਕਨੈਕਟੀਵਿਟੀ, ਰੋਡ ਕਨੈਕਟੀਵਿਟੀ ਤੇ ਏਅਰ ਕਨੈਕਟੀਵਿਟੀ। ਔਰ ਪੰਜਾਬ ਨੇ ਰੋਡ ਕਨੈਕਟੀਵਿਟੀ, ਰੇਲ ਕਨੈਕਟੀਵਿਟੀ ਔਰ ਏਅਰ ਕਨੈਕਟੀਵਿਟੀ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਸੰਪੰਨ। ਦੂਸਰਾ, ਕਿਸੇ ਨੂੰ ਵਿਕਸਿਤ ਕਰਨ ਦੇ ਲਈ ਉਦਯੋਗ ਬਹੁਤ ਜ਼ਰੂਰੀ ਹੁੰਦੇ। ਉਦਯੋਗ ਲਿਆਉਣ ਦੇ ਲਈ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਚਾਹੀਦੀਆਂ, ਜਿਹਦੇ 'ਚ ਮੈਂ ਤਿੰਨ ਰੋਡ ਕਨੈਕਟੀਵਿਟੀ ਕਨੈਕਟੀਵਿਟੀ ਜੋੜ ਦਿੱਤਾ। ਪਰ ਚੌਥੀ ਜਿਹੜੀ ਉਹਨਾਂ ਨੂੰ ਉਦਯੋਗ ਲਗਾਉਣ ਲਈ ਚਾਹੀਦੀ ਆ ਪਾਵਰ, ਇਲੈਕਟ੍ਰੀਸਿਟੀ। ਇਸ ਵੇਲੇ ਹਿੰਦੁਸਤਾਨ 'ਚ ਪੰਜਾਬ ਸਰਪਲਸ, ਇਕੱਲਾ ਸਰਪਲਸ ਹੀ ਨਹੀਂ ਹੈ, ਪੂਰੇ ਹਿੰਦੁਸਤਾਨ 'ਚ ਸਭ ਤੋਂ ਸਸਤੀ ਬਿਜਲੀ ਅਗਰ ਕਿਤੇ ਹੈ ਤਾਂ ਪੰਜਾਬ। ਔਰ ਕਿਸੇ ਵੀ ਰੁਜ਼ਗਾਰ ਨੂੰ ਲਾਉਣ ਦੇ ਲਈ ਸਸਤੀ ਬਿਜਲੀ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇਸ ਤੋਂ 3 ਗੁਣਾ ਜ਼ਿਆਦਾ ਗਤੀਸ਼ੀਲ ਹੋਵੇਗਾ, ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਤੁਸੀਂ ਦੇਖਿਆ ਕਿ ਉਹਨੇ ਮੇਕ ਇਨ ਇੰਡੀਆ, ਮੇਡ ਇਨ ਇੰਡੀਆ ਜਾਂ ਸਕਿੱਲ ਇੰਡੀਆ ਹਰ ਪੱਖੋਂ, ਡਿਜੀਟਲ ਇੰਡੀਆ ਔਰ ਲਗਭਗ 80-90 ਜਿਹੜੀਆਂ ਯੋਜਨਾਵਾਂ ਜਿਹੜੀਆਂ ਵਿਕਸਿਤ ਕਰਨ ਦੇ ਲਈ ਆ ਜੀ। ਔਰ ਐਸਾ ਜਦੋਂ ਹੋਏਗਾ ਕੇਂਦਰ ਸਰਕਾਰ ਉਹਨਾਂ ਸਪੋਰਟ ਕਰੇਗੀ। ਔਰ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਬੀਜੇਪੀ ਔਰ ਪੰਜਾਬ ਜਿਹੜੀ ਅਕਾਲੀ ਦਲ ਸਰਕਾਰ ਹੈ ਉਹ ਪਹਿਲਾਂ ਪੂਰੀ ਤਰ੍ਹਾਂ ਮਾਨਸਿਕ ਰੂਪ 'ਚ ਤਿਆਰ ਹੈ ਕਿ ਅਸੀਂ ਪੰਜਾਬ ਨੂੰ ਵਿਕਸਿਤ ਪੰਜਾਬ। ਔਰ ਦੂਸਰਿਆਂ ਕੋਲ ਕਿਸੇ ਕੋਲ ਵੀ ਵਿਜ਼ਨ ਨਹੀਂ। ਅਗਰ ਤੁਸੀਂ ਕੈਪਟਨ ਦੀ ਗੱਲ ਕਰ ਲਈਏ, ਸਾਰੀ ਜ਼ਿੰਦਗੀ ਵਿਲਾਸਤਾ 'ਚ ਗੁਜ਼ਾਰਤੀ, ਉਹ ਸਾਥੀ ਵੀ ਉਹਨੇ ਹਿੰਦੁਸਤਾਨ 'ਚੋਂ ਨਹੀਂ ਰੱਖੇ, ਉਹ ਵੀ ਬਾਹਰੋਂ ਲਿਆਉਣੇ ਪੈਂਦੇ ਉਹਨੂੰ। ਔਰ ਐਸੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਕਿ ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਅਗਰ ਕੋਈ ਗੈਰਤਮੰਦ ਦੀ ਗੱਲ ਇਸ ਤਰ੍ਹਾਂ ਦੀ ਗੱਲ ਕਰਾਂਗੇ ਤਾਂ 4 ਦਿਨ ਮੰਨ ਲਓ ਘਰ ਬਾਹਰ ਨਹੀਂ ਨਿਕਲਦਾ। ਔਰ ਸਿਰਫ ਅਗਰ ਆਪਾਂ ਕਹਿ ਦਈਏ ਕਿ ਲੀਡਰ ਕਹੇਗੀ, ਕਿਸੇ ਨੂੰ ਕਹੇਗੀ ਮੇਰੀ ਪਰਸਨਲ ਲਾਈਫ ਹੈ, ਜਦੋਂ ਲੀਡਰ ਹੁੰਦੇ ਉਦੋਂ ਦੀ ਪਰਸਨਲ ਲਾਈਫ ਨਹੀਂ ਹੁੰਦੀ, ਕਿਉਂਕਿ ਆਪਣੀ ਸਮਾਜਿਕ ਜ਼ਿੰਦਗੀ ਔਰ ਲੋਕਾਂ ਦੇ ਲਈ ਅਸੀਂ ਆਈਡੀਅਲ ਹੁੰਦੇ ਹਾਂ, ਅਸੀਂ ਉਹਨਾਂ ਦੇ ਆਈਡੀਅਲ ਹਾਂ। ਔਰ ਆਈਡੀਅਲ ਕਿਹੋ ਜਿਹਾ ਬਣੇਗਾ? ਹਲੇ ਤੱਕ ਉਹਨਾਂ ਨੇ ਪੰਜਾਬ ਸਰਕਾਰ ਰਾਜ ਕੀਤਾ, ਬਿਜਲੀ ਦਾ ਹਾਲਤ ਜਿਹੜੀ ਮੈਂ ਤੁਹਾਨੂੰ ਜਿਹੜੀ ਵਿਕਸਿਤ ਪੰਜਾਬ ਨੂੰ ਬਣਾਉਣ ਲਈ ਸਭ ਤੋਂ ਜ਼ਿਆਦਾ ਪਾਵਰ ਦੀ ਲੋੜ ਹੈ, ਅਤੇ ਉਸ ਵੇਲੇ ਤਾਂ ਹੁੰਦਾ ਸੀ 2 ਵਜੇ ਸਰਕਾਰੀ ਦਫ਼ਤਰ ਬੰਦ ਅਤੇ 6 ਵਜੇ ਬਾਜ਼ਾਰ ਬੰਦ ਹੈ। ਕਿਉਂ? ਪਾਵਰ ਔਰ ਅੱਜ ਸਰਪਲਸ ਹੈ ਔਰ ਇੱਕ ਬੱਲਬ ਜਗਾਉਣ ਜੋਗੀ ਬਿਜਲੀ ਨਹੀਂ ਪੈਦਾ ਕੀਤੀ, ਕਿਸੇ ਨੂੰ ਨਹੀਂ ਮਿਲਿਆ, ਮੰਤਰੀਆਂ ਨੂੰ ਨਹੀਂ ਸੀ ਮਿਲਦਾ, ਐਸਿਆਂ ਦੇ ਕੋਲ ਕੋਈ ਵਿਜ਼ਨ ਨਹੀਂ ਹੈਗਾ। ਔਰ ਦੂਸਰਾ ਜਿਹੜਾ ਅੱਜ ਕੱਲ੍ਹ ਬੜਾ ਤੁਹਾਡੇ ਸਾਰਿਆਂ 'ਚ ਰੌਲਾ ਪਿਆ, ਖਾਸ ਕਰਕੇ ਵਿਦੇਸ਼ੀਆਂ ਦੇ ਵਿੱਚ, ਔਰ ਵਿਦੇਸ਼ੀਆਂ 'ਚ ਵੀ ਜੇ ਦੇਖਾਂ ਤਾਂ ਕੈਨੇਡਾ, ਇੰਗਲੈਂਡ, ਅਮੈਰੀਕਾ ਵਾਲਿਆਂ ਦਾ ਜ਼ਿਆਦਾ ਹੈ ਸਭ ਤੋਂ ਵੱਧ। ਔਰ ਮੈਂ ਜੋ ਸਮਝਦਾ ਕਿ ਉਹਨਾਂ ਦੀ ਮਾਨਸਿਕਤਾ ਨੂੰ ਠੀਕ ਕਰਨ ਦੀ, ਉਹਨਾਂ ਨੂੰ ਮਾਨਸਿਕਤਾ ਨੂੰ ਚੇਂਜ ਕਰਨ ਦੀ ਬਹੁਤ ਵੱਡੀ ਲੋੜ ਹੈ। ਕੀ NRS ਨੂੰ ਤੁਸੀਂ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਸ਼ਾਇਦ ਕਿਸੇ ਦੇ ਭਾਸ਼ਣ ਜਾਂ ਕਿਸੇ ਦੀ ਵਿੱਚ ਉਹਦਾ ਸੁਣ ਕੇ ਉਹਦੇ ਹੋ ਸਕਦੇ ਆ, ਪਰ ਉਹਦੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਤੁਹਾਨੂੰ ਸੋਚਣਾ, ਕਰੈਕਟਰ ਦੇਖੋ, ਕਰੈਕਟਰ ਦੇਖਣਾ ਪਏ। ਮੈਂ ਤਾਂ ਆਮ ਆਦਮੀ ਦੇ ਲਈ ਕਹਿੰਦਾ ਕਿ ਉਹ ਹੈਡਲੈਸ ਹੈ, ਥੋਟਲੈਸ ਹੈ, ਬੇਸਲੈਸ ਹੈ, ਸੈਂਸਲੈਸ ਹੈ। ਔਰ ਉਹਨਾਂ ਦੀਆਂ ਕਰਤੂਤਾਂ, ਮੰਨ ਲਓ ਜਿਸ ਤਰ੍ਹਾਂ ਦੀਆਂ ਤੁਸੀਂ ਸੁਣੀ ਹੈ, ਉਹਨਾਂ ਨੂੰ ਦੇਖ ਕੇ ਕਹਿ ਸਕਦੇ ਕਰੈਕਟਰਲੈਸ ਹੈ। ਔਰ ਉਹ ਡਰੱਗਿਸਟ ਦੇ ਨਾਂ ਦੇ ਉੱਤੇ ਪੰਜਾਬ ਨੂੰ ਉਹਨਾਂ ਨੇ ਬਰਬਾਦ ਕਰਤਾ, ਪਰ ਸਭ ਤੋਂ ਜ਼ਿਆਦਾ ਨਸ਼ਿਆਂ ਨੂੰ ਦੇ ਵਿੱਚ ਲਿਪਤ ਕਰਨ ਵਾਲਾ ਜਾਂ ਨਸ਼ਿਆਂ ਨੂੰ ਬੜਾਵਾ ਦੇਣ ਵਾਲਾ ਉਹ ਕੇਜਰੀਵਾਲ ਹੈ। ਕਰਪਸ਼ਨ ਦੀ ਮਾਂ ਅਗਰ ਕੋਈ ਹੈ ਤਾਂ ਕੇਜਰੀਵਾਲ, 10 ਮੰਤਰੀ ਉਹਦੇ ਜੇਲ੍ਹ 'ਚ ਹੈ, ਕਿਸ ਹਾਲਤ 'ਚ ਹੈ? ਕਿਉਂ ਜੇਲ੍ਹ 'ਚ ਕੋਈ ਆਮ ਆਦਮੀ ਤਾਂ ਨਹੀਂ? ਉਹਦੀ ਆਪਣੀ ਸਰਕਾਰ ਹੋਵੇ ਅਤੇ ਉਹਦੇ ਮੰਤਰੀ ਜੇਲ੍ਹ 'ਚ ਹੋਣ, ਕੋਈ ਘਰ ਵਾਲੀਆਂ ਨੂੰ ਕੋਟ ਘਰੇਲੂ ਲੜਾਈ ਦੇ ਝਗੜਿਆਂ ਦੇ ਵਿੱਚ ਹੈ, ਕੋਈ ਕਰਪਸ਼ਨ ਦੇ ਝਗੜੇ 'ਚ, ਕੋਈ ਪੈਸੇ ਦੇ ਝਗੜੇ, ਕੋਈ ਕਰੈਕਟਰ ਦੇ ਬੇਸ 'ਤੇ ਅੰਦਰ ਹੈ। ਸੋ ਮੇਰਾ ਕਹਿਣ ਦਾ ਭਾਵ ਆ ਕਿ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਉਹਨਾਂ 'ਚ ਕੋਈ ਵੀ ਨਹੀਂ। ਸਕੂਲ ਬਣਾਵਾਂਗੇ ਕਿਤੇ ਨਜ਼ਰ ਨਹੀਂ ਆ ਰਿਹਾ, 200 ਸਕੂਲ ਬਣਾਉਣ ਦੀ ਗੱਲ ਕੀ ਸੀ, 20 ਕਾਲਜ ਬਣਾਵਾਂਗੇ ਕਿਤੇ ਨਹੀਂ, CCTV ਕਰ ਦਿਆਂਗੇ, ਵਾਈਫਾਈ ਪੂਰੀ ਦਿੱਲੀ ਹੋ ਜਾਏਗੀ, ਕਿਸੇ ਨੂੰ ਕੋਈ ਨਜ਼ਰ ਨਹੀਂ ਆ ਰਿਹਾ, ਇੱਕ ਵੀ ਲਾਈਨ ਉਹਨੇ ਪੂਰੀ ਨਹੀਂ ਕੀਤੀ। ਪੰਜਾਬ ਜਾ ਕੇ ਕਹਿੰਦਾ ਕਿ ਆਣ ਕੇ ਰੌਲਾ ਪਾਉਂਦਾ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ, ਔਰ ਪੰਜਾਬੀ ਫਟਾਫਟ ਤੁਹਾਡੇ ਖਾਸ ਕਰਕੇ ਵਿਦੇਸ਼ੀ, ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਸਾਰਾ ਨਸ਼ੇੜੀ ਹੈ। ਨਹੀਂ ਨਹੀਂ, ਪੂਰੀ ਦੁਨੀਆ ਦੇ ਵਿੱਚ ਨਸ਼ਾ ਹੁੰਦਾ ਤੇ ਮੇਰਾ ਉਹ ਅਲੱਗ ਤਰ੍ਹਾਂ ਦਾ ਮੰਨਣਾ, ਪਰ ਉਹਨੇ ਜਿਸ ਤਰ੍ਹਾਂ ਦਾ ਪੇਸ਼ ਕੀਤਾ ਹੈ, ਔਰ ਖਾਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਮੈਂ ਅਪੀਲ ਵੀ ਕਰਾਂਗਾ ਕਿ NRI ਦੇ ਵਿੱਚ ਜਿਹੜੀ ਧਾਰਨਾ ਹੈ ਇਹ ਗਲਤ ਧਾਰਨਾ ਹੈ ਕਿ ਪੰਜਾਬ ਸਿਰਫ ਨਸ਼ਿਆਂ ਦੇ ਵਿੱਚ ਹੀ ਕਰਦਾ ਹੈ, ਅਤੇ ਉਹਦੇ ਹਿਸਾਬ ਨਾਲ ਤਾਂ ਅਸੀਂ ਕਿਤੇ ਸਾਡੇ 'ਚ ਕੋਈ ਸੋਫੀ ਨਜ਼ਰ ਹੀ ਨਹੀਂ ਆਉਣਾ ਚਾਹੀਦਾ। ਸੋ ਭਾਵ ਇੱਥੇ ਉਹ ਕਹਿ ਰਿਹਾ ਕਿ ਮੈਂ ਨਸ਼ਾ ਮੁਕਤ ਕਰ ਦਿਆਂਗਾ, ਦਿੱਲੀ 'ਚ ਉਹਨੇ 450 ਠੇਕੇ ਖਰਤੇ। ਅਸੀਂ ਪੰਜਾਬ ਦੇ ਵਿੱਚ 26 ਮੇਰੇ ਮੈਂ ਮੰਤਰੀ ਦੇ ਰੂਪ 'ਚ ਇਸ ਨਸ਼ਾ ਮੁਕਤੀ ਨੂੰ ਵੀ ਦੇਖਦਾ। ਪੰਜਾਬ 'ਚ ਅਸੀਂ 28 ਨਸ਼ਾ ਮੁਕਤੀ ਕੇਂਦਰ ਜਿਹੜੇ ਖੋਲ੍ਹੇ ਆ, ਰੀਹੈਬਿਟੇਸ਼ਨ ਸੈਂਟਰ ਦੇ ਨਾਲ ਖੋਲ੍ਹੇ, ਪਹਿਲਾਂ ਵੀ ਚੱਲਦੇ ਸੀ, ਪਰ ਅਸੀਂ ਰੀਹੈਬਿਟੇਸ਼ਨ ਸੈਂਟਰ ਖੋਲ੍ਹੇ। ਰੀਹੈਬਿਟੇਸ਼ਨ 'ਚ ਉੱਥੇ ਬੱਚਾ ਰਹਿੰਦਾ, ਉਹ ਇਲਾਜ ਵੀ ਕਰਾਉਂਦਾ, ਨਾਲ ਨਾਲ ਉਹਨੂੰ ਟੈਕਨੀਕਲੀ ਸਾਈਕੋਲੋਜੀਕਲੀ ਟੈਕਨੀਕਲੀ ਅਸੀਂ ਉਹਨੂੰ ਕਹਿੰਦੇ ਹਾਂ ਕਿ ਵੋਕੇਸ਼ਨਲ ਟ੍ਰੇਨਿੰਗ ਵੀ ਦਿੰਦੇ ਹਾਂ ਤਾਂ ਕਿ ਉਹਨੂੰ ਤਕਨੀਕੀ ਸਿੱਖਿਆ ਦੇ ਕੇ ਉਹਨੂੰ ਕਿਸੇ ਨਾ ਕਿਸੇ ਕੰਮ 'ਚ ਲਾਉਂਦਾ।
तो जा बाहर जावे तो उन्हें कुछ सस्ता आर्थिक पक्षों ने मजबूत भी करना चाहिए तो उन्हें जड़ा या इंप्लॉयमेंट दे दिए तो नाल उन्हें जड़ा सस्ता कर्ज भी देिए नहीं तो होंदा किसी की पहले की देता इलाज होंदा जी बाहर जाता सी तो समाज लोग नफरत की भावना ना देखते सी तो बाहर भी असी उन्होंने अध्यात्मक नाल भी लाया टेक्निकल उन्होंने ट्रेनिंग भी दी है नशा मुक्ति दे वल भी तोरिया असी जिथे नशा मुक्ति वाल तोरिया उथे उन्हें 450 ठेके नवे खोल दिए असी महिलावां दे लई भी क्योंकि असी देखण च आया कि कुछ महिलावां भी इस पक्ष वाल नूं हैगियां और अज दी नहीं शुरू तो अगर तुसीं पछाणा देखिया पुराने भी लगियां असी पिंडां च देखदे कुछ बहुत सारियां बजुर्ग लड़ियां हुक्की पींदे सी कोई कुछ करदे सी ते उथे उहनां नूं असी रीहैबिटेशन सेंटर खोलिया ते उथे जिथे असी रीहैबिटेशन महिलावां लई खोलिया केजरीवाल ने दिल्ली महिलावां लई बखरे ठेके खोल दिते कहिंदा महिलावां नूं दारू लैण च किते ना किते शर्माहट हुंदी सी जां किते रुकावट पैंदी सी पुरश उत्थे खड़े हुंदे सी ते महिला संगदियां नहीं सी जांदियां इस करके खोल के लै लैण उहनां लई बखरे ठेके लै खोलते इह इक फर्क है जी इत्थे आण के कहिंदा मैं नशा मुक्त कर दूं और इक भी लीडर इहनां दा किसे इक नूं भी मैनूं दस दिओ जिहड़ा इहनां दा नशेड़ी नहीं हैगा मैं एक दी गल नहीं कर रहा किसी दी भी किसी एक दा भी नाम लेके देख लो और इन्हां दी किते भी किते किचन कैबिनेट दी मीटिंग होवे अगर ओदियां फोटो देख लो तुसी तो तुसी हैरान हो जाओगे जिस तरह बंदियां ने पैग फड़े ओदे बुढ़ियां ने पैग फड़े लेडीज इन्हां दी लेडीज जिहड़ियां लीडर ने अच्छा जी उन्हां दे हाथ भी ओदां दे पैग फड़े उन्हां दे भी तुसो कहण दा और करन दा बच्चे बड़ा जमीन आसमान दा और सिर्फ तो सिर्फ अगर एक विजन बचता है जिन्हें पंजाब नु विकास विकसित कीता वो अकाली दल ते बीजेपी ही बचता बाकी सारे ने हले तक पंजाब दे लई एक भी किसी ने अट लाई होवे तो मैनूं दस्स दिओ ईवन देन कैप्टन दा जदों उन्हां नूं पुछिया गया उन्हां दे लीडर नूं कांग्रेस नूं कि तुसीं 5 साल राज कीता एक भी सड़क बनाई जिहड़ी आ उहदा नां दस्स दिओ असीं कीहड़ी सड़क बनाई तो उन्हां दा लीडर खड़ा हो के कहिंदा कि असीं 5 साल सड़कां दे उत्ते पैच मिलाए यार अपने आप च कितनी हसोहानी है कि असी 5 साल दे विच सिर्फ पैच वर्क कीता विकास ना दी कोई नवी रोड कोई बाईपास बनाया इस तरह दी कोई चीज नहीं कीती सो इस करके अगर कोई चीज बचदी है तो राजनीति कोई विजन है साडे कोल जी तो श्रोमणी अकाली दल ते भारतीय जनता पार्टी कोल असी विजय सांपला जी नाल गल कर रहे हैं जेडे मिनिस्टर ऑफ स्टेट ऑफ सोशल जस्टिस एंड एम्पावरमेंट ने ते बहुत वधिया गल्लबात दा सिलसिला चल रहा लेकिन समां इजाजत नहीं दे रहा बहुत गल्लां करन नूं दिल कर रहा ते आपां नूं जिहड़ा इह पंजाब दे विच माहौल बणिया ते असी इह प्रोग्राम लैके आए हां सियासत ते पंजाब इस नूं वेखीए ते फैलाईए इस गल नूं कि पंजाब दे विच की हालात ने ते जिहड़ी लड़ाई है मेन तां पंजाब नूं उन्नति दे राह ते लैके जाण दी तरक्की दे राह ते लैके जाण दी है क्योंकि मुद्दा मेन यही होना चाहिए अगर आप कैनेडा अमेरिका ज इंग्लैंड की गल करते हैं वह विकास के तौर पर गल की जाती है कि वह बहुत अगे ने जे साडा पंजाब भी विकास के राह पर चलूगा तो खुशियां खेड़े फिर इत्थे आउणगे मुड़ होर आपां नूं खुशियां मिलनगियां विजय सांपला जी तुहाडा साडे प्रोग्राम विच सांझा पंजाब च आउण दी बहुत बहुत शुक्रिया वाहिगुरू जी का खालसा वाहिगुरू जी की फतेह।